ਵਾਹਿਗੁਰੂ ਸਾਹਿਬ ਜੀ, ਗੁਰੂ ਗਰੀਬ ਨਿਵਾਜ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੇ ਮਹਿਮਾ ਬਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ, ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋ ਪੁਰਸ਼ੋ ਝੱਟੀਐ, ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੈਸ਼ਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ, ਤੁਹਾਡੇ ਮਹਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ, ਤਾਂ ਕਉ ਧੁਖਾ ਕਹਾਂ ਬਿਆਪੈ, ਜਾ ਕਉ ਓਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾਂ ਕਉ ਧੁਖਾ ਕਹਾਂ ਬਿਆਪੈ, ਜਾ ਕੋ ਊਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਦਨਾ, ਸਰਪ ਜੈਸੇ ਅਰਜ਼ਾਰੀ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਗੁਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕਉ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕਉ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ, ਦਰਸ਼ਨ ਦਾਰ ਬਖਸ਼ ਕੇ ਸਾਨੂੰ ਪਾਵਨ ਹੁਕਮਨਾਮੇ ਦੀ ਅਸੀਸ ਬਖਸ਼ੀ ਹੈ। ਇਹ ਅਸੀਸਾਂ ਗੁਰੂ ਦੀਆਂ ਸਦਾ ਮਿਲਦੀਆਂ ਰਹਿਣ, ਸਾਡੀਆਂ ਅਰਦਾਸਾਂ ਗੁਰੂ ਚਰਨਾਂ 'ਚ ਰਹਿਣ। ਮਾਲਕ ਕਿਰਪਾ ਕਰੀ ਸਾਨੂੰ ਐਸੀਆਂ ਅਸੀਸਾਂ ਬਖਸ਼ਦਾ ਰਹੇ। ਹਜ਼ੂਰ ਦਾ ਇਹ ਪਾਵਨ ਫੁਰਮਾਨ, ਪਾਵਨ ਹੁਕਮ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 711 ਦੇ ਉੱਤੇ ਅੰਕਿਤ ਹੈ, ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਕਿ ਪਰਮਾਤਮਾ ਦੇ ਨਾਲ, ਗੁਰੂ ਦੇ ਸ਼ਬਦ ਨਾਲ ਜੁੜੇ ਹਾਂ, ਕੈਸੀ ਬਖਸ਼ਿਸ਼ ਹੁੰਦੀ ਹੈ, ਭਾਵ ਕਿ ਜੀਵਨ ਸਫਲਾ ਹੁੰਦਾ ਹੈ। ਅਤੇ ਗੁਰੂ ਦੇ ਸ਼ਬਦ ਨਾਲੋਂ ਟੁੱਟ ਕੇ ਸਾਡਾ ਜੀਵਨ, ਸਾਡੀ ਜ਼ਿੰਦਗੀ ਕਿਹੋ ਜਿਹੀ ਬਣਦੀ ਹੈ, ਉਹਨੂੰ ਇਹਨਾਂ ਪਾਵਨ ਬਚਨਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਹੈ ਕਿ ਬੰਦਾ ਕਿਹੋ ਜਿਹਾ ਜੀਵਨ ਬਤੀਤ ਕਰਦਾ ਹੈ। ਇਹ ਕਹੀਏ, ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਾਹਿਬ ਜੀ ਨੇ ਪਰਮਾਤਮਾ ਦੀ ਬਖਸ਼ਿਸ਼ ਦਾ ਜ਼ਿਕਰ ਕੀਤਾ ਹੈ।
ਇੱਕ ਜੇਕਰ ਸਾਡਾ ਜੀਵਨ ਜੋ ਪਰਮਾਤਮਾ ਦੇ ਸ਼ਬਦ ਨਾਲ ਟੁੱਟ ਕੇ ਹੁੰਦਾ ਹੈ, ਵਿਛੜ ਕੇ ਹੁੰਦਾ ਹੈ, ਅਤੇ ਅੱਧੀ ਲਾਈਨ ਦੇ ਵਿੱਚ ਫਿਰ ਸਾਨੂੰ ਇਹ ਦੱਸਿਆ ਹੈ ਕਿ ਇੱਕ ਕੰਪੇਅਰ ਕੀਤਾ ਹੈ ਵੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਡੀ ਜ਼ਿੰਦਗੀ ਕਿਹੋ ਜਿਹੀ ਹੈ। ਹਜ਼ੂਰ ਕਹਿੰਦੇ ਹਰ ਬਿਸਰਤ ਸਦਾ ਖੁਆਰੀ, ਤਾਂ ਕਹੋ ਧੋਖਾ ਕਹਾਂ ਬਿਆਪੈ ਜਾਂ ਕਹੋ ਓੜ ਤੁਹਾਰੀ। ਪਰਮਾਤਮਾ ਦੇ ਨਾਮ ਨੂੰ ਭੁਲਾਇਆ ਬੰਦੇ ਨੂੰ ਸਦਾ ਖੱਜਲ ਖੁਆਰ ਹੋਣਾ ਪੈਂਦਾ ਹੈ, ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜ਼ਿੰਦਗੀ ਖੁਸ਼ਹਾਲ ਨਹੀਂ ਰਹਿੰਦੀ। ਪਰ ਜੇ ਅਸੀਂ ਜੇ ਮਨੁੱਖ ਪਰਮਾਤਮਾ ਦੇ ਚਰਨਾਂ ਨਾਲ, ਸ਼ਬਦ ਨਾਲ, ਸਤਸੰਗਤ ਨਾਲ, ਗੁਰੂ ਘਰ ਦੇ ਨਾਲ ਜੁੜ ਜਾਵੇ ਤਾਂ ਉਹ ਜੀਵਨ ਧੰਨ ਹੋ ਜਾਂਦਾ ਹੈ। ਉਹਨੂੰ ਆਪਣੇ ਜੀਵਨ ਵਿੱਚ ਇਹ ਪਰੇਸ਼ਾਨੀਆਂ, ਇਹ ਓਬਸਟੈਕਲਸ, ਇਹ ਦੁੱਖ, ਝਗੜੇ, ਚਿਹੜੇ, ਇਹਨਾਂ ਤੋਂ ਉਹ ਬਚ ਜਾਂਦਾ ਹੈ। ਹਜ਼ੂਰ ਕਹਿ ਰਹੇ ਨੇ ਫੋਰਗੈਟਿੰਗ ਦਾ ਨੇਮ ਆਫ ਗੁਰੂ, ਫੋਰਗੈਟਿੰਗ ਦਾ ਨੇਮ ਆਫ ਆਲਮਾਈਟੀ, ਵਨ ਇਜ਼ ਰੂਇਨਡ ਫੋਰਐਵਰ ਫੋਰਐਵਰ। ਜ਼ਿੰਦਗੀ ਇਹੋ ਜਿਹੀ ਹੈ। ਔਰ ਸੋਚੀਏ, ਲਾਈਫ ਇਜ਼ ਗੁੱਡ ਵੈਨ ਵੀ ਆਰ ਕਨੈਕਟਿੰਗ ਵਿਦ ਫੈਮਿਲੀ, ਲਾਈਫ ਇਜ਼ ਗੁੱਡ ਵੈਨ ਵੀ ਆਰ ਕਨੈਕਟਿੰਗ ਵਿਦ ਦਾ ਸੋਸ਼ਲ ਸੋਸਾਇਟੀ, ਗੁੱਡ ਸੋਸਾਇਟੀ, ਐਂਡ ਲਾਈਫ ਇਜ਼ ਗੁੱਡ ਐਂਡ ਸਕਸੈਸਫੁਲ ਵੈਨ ਵੀ ਆਰ ਕੋਨੈਕਟਿੰਗ ਵਿਦ ਦਾ ਸ਼ਬਦ ਆਫ ਗੁਰੂ, ਕੋਨੈਕਟਿੰਗ ਵਿਦ ਮੈਡੀਟੇਸ਼ਨ, ਕੋਨੈਕਟਿੰਗ ਵਿਦ ਨਾਮ ਸਿਮਰਨ, ਕੋਨੈਕਟਿੰਗ ਵਿਦ ਕੰਗਰਾਗੇਸ਼ਨ, ਕੋਨੈਕਟਿੰਗ ਵਿਦ ਦਾ ਕੀਰਤਨ, ਸੇਵਾ, ਗੁਰੂ ਦਾ ਦਰਬਾਰ। ਅਤੇ ਜੇ ਇਹ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਨੇ, ਪਰਮਾਤਮਾ ਦੀ ਬਖਸ਼ਿਸ਼ ਹੈ, ਅਸੀਂ ਉਸ ਮਾਰਗ 'ਤੇ ਚੱਲ ਰਹੇ ਹਾਂ ਜਿਸ ਮਾਰਗ 'ਤੇ ਸਾਨੂੰ ਚੱਲਣਾ ਚਾਹੀਦਾ ਸੀ, ਅਤੇ ਜੀਵਨ ਸਫਲਾ ਹੁੰਦਾ ਹੈ। ਤਾਂ ਕੋ ਧੋਖਾ ਕਹਾਂ ਬਿਆਪੈ ਜਾਂ ਕੋ ਓੜ ਤੁਹਾਰੀ। ਹਾਉ ਕੈਨ ਐਨੀ ਵਨ ਬੀ ਡਿਸੀਵਡ ਹੂ ਹੈਜ਼ ਯੂਅਰ ਸਪੋਰਟ, ਹੂ ਹੈਜ਼ ਯੂਅਰ ਬਲੈਸਿੰਗ, ਹੂ ਹੈਜ਼ ਯੂਅਰ ਪ੍ਰੋਟੈਕਸ਼ਨ। ਹੇ ਮੇਰੇ ਮਾਲਕ, ਸਾਡੇ 'ਤੇ ਫਿਰ ਕਿਰਪਾ ਕਰੋ, ਸਾਨੂੰ ਨਾਮ ਦੀ ਦਾਤ ਦਿਓ, ਸਾਨੂੰ ਇਹ ਡਿਵਾਈਨ ਨੌਲੇਜ ਦਿਓ ਕਿ ਅਸੀਂ ਇਸ ਮਾਰਗ 'ਤੇ ਚੱਲ ਸਕੀਏ, ਇਹ ਅਰਦਾਸ ਕਰਿਆ ਕਰੀਏ। ਆਓ ਸੁਣੀਏ ਬਚਨ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਡੀ ਜ਼ਿੰਦਗੀ ਕਿਹੋ ਜਿਹੀ ਬਣੇਗੀ, ਕਿਹੋ ਜਿਹੀ ਹੁੰਦੀ ਹੈ। ਅਤੇ ਹਜ਼ੂਰ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜ਼ਾਰੀ। ਪਰਮਾਤਮਾ ਦੀ ਯਾਦ ਤੋਂ ਬਿਨਾਂ, ਗੁਰੂ ਦੇ ਸ਼ੁਕਰਾਨੇ ਤੋਂ ਬਿਨਾਂ ਸਾਡਾ ਜੀਵਨ ਇਉਂ ਹੈ ਜਿਵੇਂ ਸੱਪ ਦੀ ਜ਼ਿੰਦਗੀ ਹੈ। ਲੰਮੀ ਹੁੰਦੀ ਹੈ, ਲੌਂਗ ਲਾਈਫ ਹੁੰਦੀ ਹੈ ਸੱਪ ਦੀ, ਬਹੁਤ ਲੰਮੀ ਉਮਰ ਹੁੰਦੀ। ਕਈ ਕਈ ਵਾਰ ਤਾਂ ਵਿਦਵਾਨਾਂ ਨੇ ਕਿਹਾ 100 ਸਾਲ ਤੋਂ ਉੱਪਰ ਟੱਪ ਜਾਂਦਾ ਸੱਪ। ਪਰ ਜ਼ਿੰਦਗੀ ਕੀ ਹੈ? ਸਾਰੀ ਜ਼ਿੰਦਗੀ ਜ਼ਹਿਰ ਅੰਦਰ ਬਣਿਆ, ਜ਼ਹਿਰ ਬਾਹਰ ਕੱਢਿਆ, ਜ਼ਹਿਰ ਬਣਿਆ ਬਾਹਰ ਕੱਢਿਆ, ਬਸ ਆਹੀ ਜ਼ਿੰਦਗੀ ਹੈ ਸੱਪ ਦੀ। ਤਾਂ ਹਜ਼ੂਰ ਕਹਿ ਰਹੇ ਨੇ ਉਸ ਬੰਦੇ ਦੀ ਜ਼ਿੰਦਗੀ ਵੀ ਐਸੀ ਬਣ ਜਾਂਦੀ ਹੈ, ਲੰਮੀ ਉਮਰ ਬੇਸ਼ੱਕ ਕਿੰਨੀ ਹੋਵੇ ਪਰ ਚੰਗਾ ਸ਼ਬਦ ਮੂੰਹ 'ਚੋਂ ਨਹੀਂ ਨਿਕਲਿਆ। ਕਿਸੇ ਦਾ ਇੱਕ ਚੰਗਾ ਸ਼ਬਦ ਦੂਸਰੇ ਦੀ ਜ਼ਿੰਦਗੀ ਬਣਾ ਦਿੰਦਾ ਹੈ। ਕਿਸੇ ਦੇ ਮੂੰਹ 'ਚੋਂ ਇੱਕ ਨਿਕਲਿਆ ਹੋਇਆ ਚੰਗਾ ਸ਼ਬਦ ਦੂਸਰੇ ਨੂੰ ਪਰਮਾਤਮਾ ਦੇ ਨਾਲ ਜੋੜ ਦਿੰਦਾ ਹੈ। ਕਿਸੇ ਦੇ ਮੁੱਖ ਦੇ ਵਿੱਚੋਂ ਇੱਕ ਨਿਕਲਿਆ ਹੋਇਆ ਚੰਗਾ ਸ਼ਬਦ ਸਮਾਜ ਨੂੰ, ਦੇਸ਼ ਨੂੰ ਬੜੇ ਚੰਗੇ ਰਸਤੇ 'ਤੇ ਲੈ ਜਾਂਦਾ ਹੈ। ਪਰ ਕਿਸੇ ਦੇ ਮੂੰਹ 'ਚੋਂ ਨਿਕਲਿਆ ਇੱਕ ਸ਼ਬਦ ਪਰਿਵਾਰ ਦੇ ਵਿੱਚ ਫਰੈਕਸ਼ਨ ਪੈਦਾ ਕਰ ਦਿੰਦਾ ਹੈ। ਕਿਸੇ ਦੇ ਮੂੰਹ ਦੇ ਵਿੱਚੋਂ ਇੱਕ ਨਿਕਲਿਆ ਸ਼ਬਦ ਸਮਾਜ ਵਿੱਚ ਨਫ਼ਰਤ ਪੈਦਾ ਕਰ ਦਿੰਦਾ ਹੈ। ਕਿਸੇ ਦੇ ਮੂੰਹ ਦੇ ਵਿੱਚੋਂ ਨਿਕਲਿਆ ਇੱਕ ਸ਼ਬਦ ਦੇਸ਼ ਦੇ ਅੰਦਰ ਫੁੱਟ ਪਾ ਦਿੰਦਾ ਹੈ। ਆਹੀ ਫਰਕ ਹੈ। ਹਜ਼ੂਰ ਕਹਿ ਰਹੇ ਨੇ ਕਿ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜ਼ਾਰੀ। ਵਿਦਆਊਟ ਮੈਡੀਟੇਸ਼ਨ ਐਂਡ ਰਿਮੈਂਬਰੈਂਸ ਔਨ ਦਾ ਗੁਰੂਜ਼ ਨੇਮ, ਲਾਈਫ ਇਜ਼ ਲਾਈਕ ਐ ਬਰਨਿੰਗ ਫਾਇਰ। ਜਿਵੇਂ ਜੰਗਲ ਦੀ ਅੱਗ ਹੁੰਦੀ ਹੈ, ਜਿੱਥੇ ਗਏ ਅੱਗ ਉਗਲੀ, ਜਿੱਥੇ ਗਏ ਮਾੜਾ ਬੋਲਿਆ, ਜਿੱਥੇ ਗਏ ਹੇਟ ਭਰੇ ਸ਼ਬਦ ਬੋਲੇ, ਜਿੱਥੇ ਗਏ ਐਂਗਰੀ ਰਹੇ,
ਕਿਸੇ ਨੂੰ ਪਿਆਰ ਨਹੀਂ ਕੀਤਾ ਤੇ ਹਜ਼ੂਰ ਕਹਿੰਦੇ ਸਾਡੀ ਜ਼ਿੰਦਗੀ ਲਾਈਫ ਇਜ਼ ਏ ਲਾਈਕ ਬਰਨਿੰਗ ਫਾਇਰ ਈਵਨ ਲਾਈਕ ਐਡ ਏ ਸਨੇਕ, ਸਨੇਕ ਦੀ ਜ਼ਿੰਦਗੀ ਬਣ ਜਾਂਦੀ। ਤੇ ਐਸਾ ਬੰਦਾ ਭਾਵੇਂ ਬੜਾ ਵੱਡਾ ਧੰਨਵਾਦ ਹੋਵੇ, ਐਸਾ ਆਦਮੀ, ਐਸਾ ਮਨੁੱਖ ਭਾਵੇਂ ਕੋਈ ਮਨਿਸਟਰ ਕਿਉਂ ਨਾ ਹੋਵੇ, ਰਾਜਾ ਬਣ ਜਾਵੇ। ਸਾਹਿਬ ਜੀ ਕਹਿ ਰਹੇ ਨੇ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੁਹਾਰੇ, ਵਨ ਮੇ ਰੂਲ ਓਵਰ ਦਾ 9 ਰੀਜਨਸ ਆਫ ਦਾ ਅਰਥ, ਬਟ ਇਨ ਦਾ ਐਂਡ ਹੀ ਸ਼ੈਲ ਹੈਵ ਅ ਡਿਪਾਰਟ ਲੂਜ਼ਿੰਗ ਹਿਜ ਗੇਮ ਆਫ ਲਾਈਫ। ਉਹ ਆਪਣੀ ਜ਼ਿੰਦਗੀ ਹਾਰ ਜਾਂਦਾ ਹੈ। ਐਸੇ ਇਤਿਹਾਸ ਦੇ ਨਾਲ ਸਾਡਾ, ਐਸੀਆਂ ਘਟਨਾਵਾਂ ਦੇ ਨਾਲ ਸਾਡਾ ਇਤਿਹਾਸ ਹੈ ਸੰਸਾਰ ਦੇ ਅੰਦਰ। ਤੇ ਐਸੇ ਰਾਜੇ ਵੀ